ਹੋ ਠੀਕ ਠਾਕ ਹੋ ਹਾਂ ਬਾਈ ਵਧੀਆ ਕੀ ਨਾਮ ਹੈ ਵੀਰੇ ਕਾਸ਼ਦੀਪ ਕਾਸ਼ਦੀਪ ਕਿੱਥੋਂ ਇੱਥੇ ਆ ਅਕਲੀਏ ਤੋਂ ਅਕਲੀਏ ਤੋਂ ਹਾਂਜੀ ਆ ਕੀ ਵਜਾਇਆ ਮੂੰਹ ਤੇ ਇਹ ਡਿੱਗ ਪਈ ਕਿਵੇਂ ਕੀ ਚੱਕਰ ਹੋ ਗਿਆ ਪਤਾ ਨਹੀਂ ਲੱਗਿਆ ਰੋੜੇ ਤੇ ਤੁਰ ਕੇ ਅੰਨੇਰੇ ਜੇ ਪਤਾ ਲੱਗਾ ਰੋੜੇ ਤੇ ਤੁਰ ਕੇ ਜੀ ਇੱਥੇ ਵਜੇ ਕਰੀ ਇੰਨੀ ਕ ਹਾਂ ਇੰਨੀ ਕ ਧਿਆਨ ਰੱਖਿਆ ਕਰ ਚਿਹਰਾ ਹੀ ਬੰਦਾ ਦਾ ਮਤਲਬ ਇੱਕ ਇਹੋ ਜੀ ਚੀਜ਼ ਹੈ ਜਿਹਨੂੰ ਦੇਖ ਕੇ ਬੰਦੇ ਪਛਾਣ ਆਉਂਦੀ ਹੈ ਹਾਂ ਠੀਕ ਹੈ ਇੱਕ ਵਾਰ ਐਂ ਹੋਇਆ ਸੀਗਾ ਮੇਰੇ ਤੋਂ ਕੋਈ ਬੰਦਾ ਪੈਸੇ ਲੱਗੇ ਕਹਿੰਦਾ ਮੈਂ ਸਰਜਰੀ ਕਰਾਉਣੀ ਆ ਮੈਂ ਪੈਸੇ ਦਿੱਤੇ ਉਹਨੇ ਸਰਜਰੀ ਕਰਾ ਲਈ ਉਹਨੂੰ ਪਤਾ ਨਹੀਂ ਵੀ ਕਿਹੜਾ ਹੋ ਚਿਹਰਾ ਹੀ ਬਦਲ ਗਿਆ ਉਹਦਾ ਸੋ ਇਸ ਕਰਕੇ ਚਿਹਰਾ ਸਾਂਭ ਕੇ ਰੱਖਣਾ ਜ਼ਰੂਰੀ ਹੁੰਦਾ ਨਾ ਠੀਕ ਕਿਹੜੀ ਕਲਾਸ ਚ ਪਲੱਸ 2 ਜੀ ਪਲੱਸ 2 ਚ ਕਿਹੜੀ ਸਟਰੀਮ ਹੈ ਮੈਡੀਕਲ ਜੀ ਮੈਡੀਕਲ ਹੁਣ ਕੋਈ ਗਾਣਾ ਗੁਣਾ ਕੋਈ ਮੜਾ ਮੋਟਾ ਆਉਂਦਾ ਮੈਨੂੰ ਪਤਾ ਤੇਰੇ ਮੱਥੇ ਤੇ ਲਿਖਿਆ ਪਿਆ ਗਾਣਾ ਤੈਨੂੰ ਆਉਂਦਾ ਕੋਈ ਵੀ ਸੁਣਾ ਦੇ ਦੋ ਚਾਰ ਲੈਣਾ ਗਾਣਾ ਉਹੀ ਸੁਣਾ ਉਹਦੇ ਆਪਾਂ ਕਰ ਰਿਲੀਜ਼ ਕਰਾਉਣਾ ਹੁਣ ਕਿ ਉਹਨਾਂ ਚੁਣਾ ਜਾਣੀ ਜਿਹੜੇ ਮਾਰਦੇ ਕੱਲੀਆਂ ਗੱਲਾਂ ਨੇ ਤਾਲੀ ਵਾਲਾਂ ਦੇ ਮੁੰਡੇ ਨੇ ਕਹਿੰਦੇ ਮਾਰੀਆਂ ਕਈ ਮੱਲਾਂ ਨੇ ਹੋਰ ਨਸ਼ਾ ਪੱਤਾ ਕੋਈ ਨਹੀਂ ਬਸ ਕਾਲੇ ਰੰਗ ਦੀ ਗਲੀ ਖਾਧੀ ਜਾਂਦੀ ਆ ਬੈਠੀ ਤੇਰੇ ਨਾਲ ਮਿੱਤਰਾਂ ਦੇ ਵੱਲ ਝਾਕਦੀ ਉਹ ਸ਼ੇਰਾ ਸਾਂਭਲਾ ਜੇ ਸਾਂਭੀ ਜਾਂਦੀ ਆ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਵੀਰੇ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਤੁਹਾਡਾ ਵੀਰੇ ਭਗਤ ਸਿੰਘ ਭਗਤ ਭਗਤ ਸਿੰਘ ਓਕੇ ਵੈਰੀ ਗੁੱਡ ਤੁਹਾਡਾ ਵੀਰੇ ਪਰਵਿੰਦਰ ਸਿੰਘ ਪਰਵਿੰਦਰ ਸਿੰਘ ਭਗਤ ਸਿੰਘ ਗੁਰਵਿੰਦਰ ਗੁਰਵਿੰਦਰ ਸਿੰਘ ਕੀ ਕਰਕੇ ਦਿਖਾਓਗੇ ਭੰਡ ਭੰਡ ਤਿੰਨ ਜਣੇ ਚਲੋ ਆ ਫੜੋ ਮਾਈਕ ਦੇਖਦੇ ਇਹਨਾਂ ਦਾ ਭੰਡ ਜੀ ਉਹ ਵਧਾਈਆਂ ਭਾਊ ਵਧਾਈਆਂ ਉਹ ਵਧਾਈਆਂ ਜੀ ਵਧਾਈਆਂ ਵੈਸੇ ਇੱਥੇ ਕੀ ਹੁੰਦੇ ਆ ਭਾਊ ਉਹ ਤੈਨੂੰ ਪਤਾ ਨਹੀਂ ਇੱਥੇ ਕੀ ਹੋ ਰਿਹਾ ਨਾ ਇੱਥੇ ਅਲਪਾਈਨ ਵੈਲੀ ਪਬਲਿਕ ਸਕੂਲ 'ਚ ਫੰਕਸ਼ਨ ਹੋ ਰਿਹਾ ਫੰਕਸ਼ਨ ਫਿਕਸ਼ਨ ਆ ਬਿਮਾਰੀ ਤਾਂ ਸੁਣੀ ਸੀ ਆ ਸਾਲਾ ਫਿਕਸ਼ਨ ਕੀ ਹੁੰਦਾ ਉਹ ਪਾਊ ਉਹ ਵਾਲਾ ਫਿਕਸ਼ਨ ਨਹੀਂ ਇਹ ਬੱਚਿਆਂ ਵਾਲਾ ਫੰਕਸ਼ਨ ਹੈ ਬੱਚਿਆਂ ਵਾਲਾ ਅੱਛਾ ਅੱਛਾ ਬੱਚਿਆਂ ਵਾਲਾ ਫੰਕਸ਼ਨ ਹਾਂ ਚਲ ਆ ਜਾ ਫਿਰ ਇਹਨਾਂ ਦਾ ਜੀ ਲਵਾਈਏ ਉਹ ਜੀ ਤਾਂ ਲਵਾ ਲਾਂਗੇ ਪਹਿਲਾਂ ਐਂ ਦੱਸੇ ਜੱਗਾ ਕਿੱਥੇ ਹੈ ਉਹ ਜੱਗਾ ਕੰਮ ਗਿਆ ਮਾਰ ਦਿਆ ਬੋਲੋ ਨੂੰ ਉਹ ਜੱਗਿਆ ਉਹ ਜੱਗੇ ਕਿੱਥੇ ਮਰ ਗਿਆ ਛੇਤੀ ਆ ਕੀ ਦੁੱਖ ਹੈ ਉਹ ਕਿੱਥੋਂ ਆਇਆ ਕੀ ਕਿੱਥੋਂ ਆਇਆ ਉੱਥੇ ਜਿੱਥੋਂ ਸਾਰੇ ਆਉਂਦੇ ਆ ਇਹ ਵਾਸਤੇ ਵੱਖਰਾ ਦਰਵਾਜ਼ਾ ਲੱਗਿਆ ਅੱਛਾ ਚੱਲ ਮੈਨੂੰ ਮਿਲ ਤੂੰ ਕੌਣ ਮੈਂ ਰੱਬ ਦਾ ਬੰਦਾ ਤੂੰ ਕੌਣ ਮੈਂ ਤੇਰੀ ਭੈਣ ਦਾ ਬੰਦਾ ਓਏ ਜਾ ਓਏ ਓ ਭੰਡਾ ਮੈਂ ਤੈਨੂੰ ਇੱਕ ਗੱਲ ਸੁਣਾਉਣਾ ਸਾਡਾ ਖਾਨਦਾਨ ਬੜਾ ਉੱਚਾ ਏ ਕਿਉਂ ਟਾਵਰ ਤੇ ਰਹਿੰਦੇ ਹੋ ਓ ਨਹੀਂ ਭੰਡਾ ਭੈਣ ਮੇਰੀ ਕੈਨੇਡਾ ਸੈੱਟ ਹੈ ਅੱਛਾ ਭਰਾ ਮੇਰਾ ਇੰਗਲੈਂਡ ਸੈੱਟ ਹੈ ਅੱਛਾ ਚਾਚਾ ਮੇਰਾ ਅਮਰੀਕਾ ਸੈੱਟ ਹੈ ਲੈ ਸੁਣ ਫੇਰ ਭੂਆ ਤੇਰੀ ਮੇਰੇ ਨਾਲ ਸੈੱਟ ਆ ਤੈਨੂੰ ਮੈਂ ਗੱਲ ਸੁਣਾਉਣਾ ਇੱਕ ਦਿਨ ਮੈਨੂੰ ਕਹਿੰਦਾ ਆਪਾਂ ਸ਼ਹਿਰ ਜਾਣਾ ਅੱਛਾ ਮੈਂ ਇਹਨੂੰ ਪੁੱਛਿਆ ਤੇਰੇ ਕੋਲ ਕਿਰਾਇਆ ਕਿੰਨਾ ਕੀ ਕਹਿੰਦਾ ਕਹਿੰਦਾ 10 ਰੁਪਏ 10 ਰੁਪਏ ਮੈਂ ਸੋਚਿਆ ਇਹਨਾਂ ਦਾ ਪਹੁੰਚਣਾ ਨਹੀਂ ਆਪਾਂ ਉੱਥੇ ਮੈਂ ਇਹਨੂੰ ਕਿਹਾ ਮੈਂ ਮੇਰੇ ਨਾਲ ਚੱਲ ਅੱਛਾ ਮੈਂ ਆਪਣਾ ਦਿਮਾਗ ਲਾਇਆ ਅੱਛਾ ਇਹਨੂੰ ਬੋਰੀ ਚ ਬਾ ਕੇ ਲੈ ਗਿਆ ਸੀਟ ਤੇ ਬਹਿ ਗਿਆ ਮੈਂ ਬਹਿ ਗਿਆ ਕਨੈਕਟਰ ਆਇਆ ਕਹਿੰਦਾ ਟਿਕਟਾਂ ਘਟਾਓ ਅੱਛਾ ਮੈਨੂੰ ਪੁੱਛਦਾ ਬੋਰੀ ਚ ਕੀ ਆ ਫਿਰ ਤੂੰ ਕੀ ਕਹਿ ਮੈਂ ਕਹਿ ਚਦਾ ਅੰਬ ਨੇ ਅੰਬ ਇਹ ਬਾਰੇ ਹੱਥ ਕੱਢ ਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਇੱਕ ਮੈਨੂੰ ਵੀ ਦੇ ਦੇ ਪੰਡਾ ਇਹ ਤਾਂ ਕੁਛ ਵੀ ਨਹੀਂ ਮੈਂ ਸੁਣਾਉਣਾ ਤੈਨੂੰ ਇਹਦੀ ਗੱਲ ਇੱਕ ਦਿਨ ਇਹ ਆਇਆ ਕਰਕੇ ਦਿਹਾੜੀ ਪੂਰੀ ਅੱਛਾ ਥੱਕ ਹਾਰ ਕੇ ਆਪਦੀ ਵੋਟੀ ਨੂੰ ਕਹਿੰਦਾ ਕੀ ਕਹਿੰਦਾ ਕਹਿੰਦਾ ਵੋਟੀ ਪਾਣੀ ਦਾ ਗਲਾਸ ਲਿਆ ਛੇਤੀ ਅੱਛਾ ਇਹਦੀ ਲੱਗੀ ਅੱਖ ਅੱਖ ਲੱਗੀ ਹਾਂ ਤੜਕੇ ਉੱਠ ਕੇ ਦੇਖਦਾ ਕੀ ਦੇਖਦਾ ਇਹਦੀ ਘਰ ਵਾਲੀ ਇਹਦੇ ਸਰਾਣੇ ਹੀ ਖੜੀ ਆ ਰਾਤ ਦੀ ਅੱਛਾ ਇਹ ਕਹਿੰਦਾ ਚਿੱਤ ਕੁਛ ਕੀਤਾ ਹੀ ਅੱਛਾ ਮੰਗ ਕੀ ਮੰਗਦੀ ਐ ਕੀ ਮੰਗਿਆ ਕਹਿੰਦਾ ਚਿੱਤ ਕੁਛ ਕੀਤਾ ਹੀ ਮੰਗ ਕੀ ਮੰਗਦੀ ਐ ਕੀ ਮੰਗਿਆ ਕਹਿੰਦੀ ਕੰਜਰਾ ਤਲਾਕ ਦੇ ਦੇ